ਤਰਨ ਤਾਰਨ ਦੇ ਥਾਣਾ ਹਰੀਕੇ ਪੁਲਿਸ ਵੱਲੋਂ ਯੂਪੀ ਤੋਂ ਪੰਜਾਬ ਵਿਕਣ ਆਏ ਝੋਨੇ ਦੇ ਟਰੱਕਾਂ ਨੂੰ ਕੀਤਾ ਕਾਬੂ। ਦੋ ਬੰਦਿਆਂ ਖਿਲਾਫ ਮਾਮਲਾ ਦਰਜ। ਪਿਛਲੇ ਕਈ ਦਿਨਾਂ ਤੋਂ ਯੂਪੀ ਤੋਂ ਸਸਤੇ ਰੇਟ ਤੇ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਮਹਿੰਗੇ ਭਾਅ ਵਿੱਚ ਵੇਚਣ ਦਾ ਮਾਮਲਾ ਸਾਹਮਣੇ ਆ ਰਿਹਾ ਸੀ, ਜਿਸ ਦੇ ਚੱਲਦਿਆਂ ਬੀਤੀ ਰਾਤ ਤਰਨ ਤਾਰਨ ਦੇ ਥਾਣਾ ਹਰੀਕੇ ਪੁਲਿਸ ਵੱਲੋਂ ਦੋ ਟਰੱਕ ਟਰਾਲੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਝੋਨੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ। ਦੋਨਾਂ ਟਰੱਕਾਂ ਵਿੱਚੋਂ ਪੁਲਿਸ ਨੂੰ 1630 ਬੋਰੀ ਝੋਨਾ ਬਰਾਮਦ ਹੋਇਆ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਥਾਣਾ ਹਰੀਕੇ ਵਿੱਚ ਟਰੱਕ ਚਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। यूपी तो ना सस्ता झोना लिया के ये इतने हरी च पत्तन वेचना चाहते सी तो सानू पता लगा ही ट्रक रोकया तो ये ना सानू कोई तसली बख्श जवाब दे सकते ना इन्होंने कोई कागज पत्र विखाया। ठीक है, ये संबंध में फिर असी इन्हें FIR दर्ज की। इन्हों तो है जी 1630 गट्टे बोरियां बरामद होए, दो भी ट्रक ने इन्हों तो बंद जिन्हें पर्चा खराब दिता वो है जी अपना मोहन सिंह पुत्र गुरदेव सिंह वासी गढ़शंकर जिला हुशियारपुर, देसराज पुत्र जुल्फी राम वासी महू मजहरा जिला हुशियारपुर। तरन तारन तो सरबजीत सिंह की रिपोर्ट, लाइव भारत।